ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ ਜਿਵੇਂ ਕਿ ਅਕਾਲ ਪੁਰਖ ਜੀ ਨੇ ਤਿੰਨ ਸਵਾਰ ਜਿਹੜੇ ਨੇ ਉਹ ਜੀਵ ਪੈਦਾ ਕੀਤੇ ਆ ਇਹਨਾਂ ਦੇ ਵਿੱਚੋਂ ਰਜੋਤਮੋ ਸਤੋ ਇਹਨਾਂ ਦੇ ਵਿੱਚੋਂ ਜਿਹੜੇ ਰਜੋਗੁਣੀ ਜੀਵ ਹੈ ਉਹ ਜ਼ਿਆਦਾਤਰ ਇਸ ਧਰਤੀ ਦੇ ਉੱਪਰ ਰਹਿੰਦੇ ਆ ਜਿਹਨੂੰ ਅਸੀਂ ਮਾਤ ਲੋਕ ਆਖਦੇ ਆ ਤੇ ਤਮੋਗੁਣੀ ਜੀਵ ਜਿਹੜੇ ਜਿਨ੍ਹਾਂ ਦੇ ਸੁਭਾਅ ਹੈਗੇ ਆ ਉਹ ਪਤਾਲ ਦੇ ਵਿੱਚ ਜ਼ਿਆਦਾਤਰ ਆਪਣਾ ਨਿਵਾਸ ਰੱਖਦੇ ਪਰ ਜਿਹੜੇ ਸਤੋਗੁਣੀ ਹੈ ਇਹ ਆਕਾਸ਼ ਦੇ ਵਿੱਚ ਰਹਿੰਦੇ ਆ ਔਰ ਖਾਸ ਕਰਕੇ ਦੇਵਤਿਆਂ ਦਾ ਵਸਾ ਆਕਾਸ਼ ਵਿੱਚ ਮੰਨਿਆ ਜਾਂਦਾ ਹੈ ਇਸ ਕਰਕੇ ਉਹਨਾਂ ਦਾ ਜਿਹੜਾ ਸੁਹਾ ਉਹ ਸਤੋਗੁਣੀ ਹੁੰਦਾ ਹੈ ਪਰ ਇਹ ਤਿੰਨੇ ਤਰ੍ਹਾਂ ਦੇ ਜੀਵ ਜਿਹੜੇ ਵੱਡੇ ਭਗਾਂ ਵਾਲੇ ਆ ਉਹ ਉਹਨਾਂ ਅਸਥਾਨਾਂ ਦੇ ਉੱਤੇ ਆ ਕੇ ਆਪਣੀ ਹਾਜ਼ਰੀ ਭਰਦੇ ਆ ਜਿਨ੍ਹਾਂ ਅਸਥਾਨਾਂ ਦੇ ਉੱਤੇ ਧੰਨ ਗੁਰਨਾਨਕ ਸਾਹਿਬ ਜਾਂ ਉਹ ਮਹਾਨ ਆਤਮਾ ਜਿਨ੍ਹਾਂ ਦੇ ਵਾਸੇ ਹੁੰਦੇ ਆ ਜਿਨ੍ਹਾਂ ਦੀ ਹਾਜ਼ਰੀ ਹੁੰਦੀ ਆ ਸਹਿਮੂਲੀਅਤ ਹੁੰਦੀ ਹੈ ਸੋ ਖਾਸ ਕਰਕੇ ਦੇਵ ਲੋਕ ਅਗੰਮੀ ਰੂਹਾਂ ਉਹਨਾਂ ਅਸਥਾਨਾਂ ਤੇ ਆ ਕੇ ਹਨ ਆਪਣਾ ਜਿਹੜਾ ਅੰਮ੍ਰਿਤ ਹੈਗਾ ਜੋ ਉਹਨਾਂ ਦਾ ਨਿੱਜ ਭੋਜਨ ਹੈ ਉਹਨੂੰ ਛਕਣ ਵਾਸਤੇ ਆਪਣੇ ਅਸਥਾਨਾਂ ਤੋਂ ਦੂਰ ਦਰੇਡੀਆਂ ਚੱਲ ਕੇ ਇਹਨਾਂ ਅਸਥਾਨਾਂ ਦੇ ਆਮ ਤੌਰ ਤੇ ਦਰਸ਼ਨ ਕਰਦੇ ਰਹਿੰਦੇ ਆ ਸੋ ਇਸੇ ਕਰਕੇ ਨਾ ਭਾਈ ਗੁਰਦਾਸ ਜੀ ਨੇ ਬੜਾ ਸੁੰਦਰ ਇਹਨਾ ਸਥਾਨਾਂ ਦਾ ਵੇਰਵਾ ਦਿੱਤਾ ਹੈ। ਸੁਮਰਜ ਨੇ ਕਿਹਾ ਹੈ ਕਿ ਗੁਰਮੂਰਤ ਕਰਤਿਆ ਨਾ ਸਦਾ ਹਜ਼ੂਰ ਹੈ। ਗੁਰਮੁਖ ਸ਼ਬਦ ਗਿਆਨ ਨੇੜ ਨਾ ਦੂਰ ਹੈ। ਪੂਰਬ ਲਿਖਤ ਨਿਸ਼ਾਨ ਕਰਮ ਅੰਕੂਰ ਹੈ। ਗੁਰਸੇਵਾ ਪ੍ਰਦਾਨ ਸੇਵਕ ਸੂਰ ਹੈ। ਪੂਰਨ ਪਰਮ ਨਿਧਾਨ ਸਦ ਭਰਪੂਰ ਹੈ। ਸਾਧ ਸੰਗਤ ਅਸਥਾਨ ਜਗਮਗ ਨੂਰ ਹੈ ਲੱਖ ਲੱਖ ਸਸੀਰਪਾਨ ਕਰਨ ਠਰੂਰ ਹੈ ਲੱਖ ਲੱਖ ਬੇਦਪ੍ਰਾਨ ਕੀਰਤਨ ਚੂਰ ਹੈ ਭਗਤ ਬਸ਼ਲ ਪ੍ਰਵਾਨ ਚਰਨਾ ਤੂੜੇ ਇਹ ਜੋ ਸਾਧ ਸੰਗਤ ਅਸਥਾਨ ਦੀ ਮਹਿਮਾ ਦਾ ਵਰਣਨ ਹੈ ਭਾਈ ਗਰਦਾਸ ਜੀ ਹੋਣਾ ਨੇ ਹਨ ਆਪਣੀਆਂ ਬਾਰਾਂ ਦੇ ਅੰਦਰ ਇਸ ਦਾ ਖਲਾਸਾ ਕੀਤਾ ਹੈ ਸੋ ਕਹਣ ਤੋਂ ਪਾਵੇ ਹੈ ਕਿ ਅਗਰ ਇਸ ਬ੍ਰਹਮੰਡ ਦੇ ਅੰਦਰ ਬੁਕੁੰਠ ਥਾਮ ਹੈ ਤਾਂ ਉਹ ਹੈ ਸਾਧ ਸੰਗਤ ਅਸਥਾਨ ਇਸੇ ਕਰਕੇ ਸਾਧ ਅਸਥਾ ਸੰਗਤ ਅਸਥਾਨਾਂ ਦੇ ਉੱਤੇ ਜਿੱਥੇ ਮਹਾਨ ਆਤਮਾ ਜਿਹੜੀਆਂ ਵਾਹਿਗੁਰੂ ਨਾਲ ਜੁੜੀਆਂ ਆ ਕੇ ਦਰਸ਼ਨ ਦਿੰਦੀਆਂ ਉੱਥੇ ਉਹ ਰੂਹਾਂ ਗੁਰਮੁਖ ਪਿਆਸੀਆਂ ਜਿਹੜੀਆਂ ਵਾਹਿਗੁਰੂ ਦੇ ਨਾਲ ਜੁੜਨਾ ਚਾਹੁੰਦੀਆਂ ਜਾਂ ਆਪਣੇ ਜੀਵਨ ਦੇ ਮਨੋਰਥ ਦੇ ਜਿਹੜਾ ਲਕਸ਼ ਹੁੰਦਾ ਹੈਗਾ ਉਸ ਲਕਸ਼ ਨੂੰ ਪੂਰਾ ਕਰਨ ਵਾਸਤੇ ਫਿਰ ਇਹ ਇਹਨਾਂ ਅਸਥਾਨਾਂ ਦੀ ਚਰਨ ਧੂੜ ਪ੍ਰਾਪਤ ਕਰਦੇ ਆ। ਸੋ ਦਾਸ ਅੱਜ ਇਸੇ ਹੀ ਵਿਸ਼ੇ ਦੇ ਉੱਤੇ ਕਿ ਜਿਹੜੇ ਸਾਧ ਸੰਗਤ ਅਸਥਾਨ ਹੁੰਦੇ ਆ ਉੱਥੇ ਦੇਵ ਰੂਮਾ ਜਿਹੜੀਆਂ ਅਗੰਮੀ ਪਹੁੰਚਦੀਆਂ ਹੈਗੀਆਂ ਇਹ ਕਿਸ ਤਰ੍ਹਾਂ ਹੁੰਦਾ ਹੈ। ਇੱਕ ਵਾਰ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣੇ ਮਹਾਂਪੁਰਖ ਦੀ ਆਪਾਂ ਗੱਲ ਕਰਦੇ ਆ। ਕੋਈ ਪ੍ਰੇਮੀ ਆਇਆ। ਉਹਨਾਂ ਨੇ ਸੰਤ ਬਾਬਾ ਅਤਰ ਸਿੰਘ ਨੂੰ ਇਹ ਜਿਹੜਾ ਸੀ ਪ੍ਰਸ਼ਨ ਕੀਤਾ ਸੀਗਾ ਕਹਿੰਦੇ ਮਹਾਂਪੁਰਖੋ ਬਹੁਤ ਸਮਾ ਹੋ ਗਿਆ ਮੈਨੂੰ ਤੁਹਾਡੇ دیਵਾਨਾਂ ਦੀ ਹਾਜ਼ਰੀ ਭੜਦੇ ਨੂੰ। ਪਰ ਇੱਕ ਚੀਜ਼ ਮੈਂ ਦੇਖੀ ਆ ਕਿ ਆੜਤ ਵਾਲੇ ਪਿੰਡਾਂ ਦੀ ਜਿਹੜੀ ਹੈ ਨਾ ਸੰਗਤ ਹੈਗੀ ਆ ਉਹਨਾਂ ਨੂੰ ਮੈਂ ਬਹੁਤianu ਜਾਣਦਾ ਹਾਂ ਪਰ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਕਿ ਇਸ ਸੰਗਤ ਦੇ ਵਿੱਚ ਇੱਕ ਨਹੀਂ ਅਨੇਕਾਂ ਐਸੇ ਚਿਹਰੇ ਆ ਅਣਪਛਾਤੀਆਂ ਰੂਹਾਂ ਹੈਗੀਆਂ ਜਿਨ੍ਹਾਂ ਦਾ ਮੈਨੂੰ ਇਹ ਨਹੀਂ ਤੱਕ ਸਮਝ ਆਈ ਕਿ ਇਹ ਸਜਣ ਕਿੱਥੋਂ ਆਉਂਦੇ ਆ ਤੇ ਲੇਕਿਨ ਦੀਵਾਨ ਦੀ ਹਾਜ਼ਰੀ ਤੋਂ ਬਾਅਦ ਕਿੱਥੇ ਚਲੇ ਜਾਂਦੇ ਆ ਸੋ ਇਹ ਜਿਹੜਾ ਪ੍ਰਸ਼ਨ ਸੀਗਾ ਕਿਸੇ ਪ੍ਰੇਮੀ ਨੇ ਸੰਤ ਬਾਬਾ ਅਤਰਸੂ ਮਸਤ ਹੋਣ ਨੂੰ ਕੀਤਾ ਸੀ ਸੋ ਮਾਪੁਰ ਕੇ ਲੱਗ ਕੇ ਕਹਿੰਦੇ ਪ੍ਰੇਮੀ ਦਾ ਸਰਗਾ ਲੇ ਹੈ ਕਿ ਇਹ ਜਿਹੜਾ ਅਸਥਾਨ ਵਹਨ ਇਹ ਆਪ ਨਰੰਗਕਾਰ ਦਾ ਵਾਸਾ ਹੈ ਸੋ ਜਿੱਥੇ ਨਰੰਗਕਾਰ ਦਾ ਵਾਸਾ ਹੋਵੇ ਤੇ ਉਸ ਉਸ ਅਸਥਾਨ ਦੇ ਉੱਤੇ ਦੇਵੀ ਦੇਵਤਿਆਂ ਦੇ ਵਾਸੇ ਹੋਣੇ ਜਿਹੜੇ ਹਨ ਸੁਭਾਵਕ ਹੁੰਦੇ ਆ ਸੋ ਮਹਾਂਪੁਰਖ ਨੇ ਆਖਿਆ ਸੀਗਾ ਕਿ ਇਹ ਸਾਰੀਆਂ ਹਨ ਦੇਵ ਰੂਹਾਂ ਹੈਗੀਆਂ ਜਿਹੜੀਆਂ ਇਹਨਾਂ ਅਸਥਾਨਾਂ ਦੀ ਹਾਜ਼ਰੀ ਭਰਦੀਆਂ ਹੈ ਜਦ ਇਹ ਗੱਲ ਹੋਈ ਸੀ ਤਾਂ ਉਹ ਜਿਹੜਾ ਪ੍ਰੇਮੀ ਸੀ ਬੜਾ ਹੈਰਾਨ ਹੋਇਆ ਪਰ ਆਪਣੀ ਮਨ ਦੀ ਜਿਹੜੀ ਖੋਜ ਸੀ ਜਾਂ ਉਹਨੇ ਜੋ ਇਸ ਦਾ ਭੇਦ ਦਾ ਪਤਾ ਕਰਨ ਵਾਸਤੇ ਇੱਕ ਦਿਨ ਉਹ ਬੈਠਾ ਸੀ ਉਹਨੇ ਕੀ ਦੇਖਿਆ ਰਾਤ ਨੂੰ ਕਿ ਬਾਹਰੋਂ ਜਥਿਆਂ ਦੇ ਹਨ ਸ਼ਬਦ ਗਾਉਣ ਦੀਆਂ ਆਵਾਜ਼ਾਂ ਆਈਆਂ ਜਾਂ ਸ਼ਬਦਾਂ ਆਉਣ ਦੀਆਂ ਆਵਾਜ਼ਾਂ ਆਈਆਂ ਤੇ ਉਹਨਾਂ ਨੇ ਆ ਕੇ ਹਨ ਬਾਬਾ ਤਰਸ ਸਿੰਘ ਨੂੰ ਕਹਿਤਾ ਹੈ ਕਿ ਦੇਖੋ ਜੀ ਹੁਣ ਤਾਂ ਦੀਵਾਨ ਦੀ ਸਮਾਪਤੀ ਹੋ ਚੱਲੀ ਆ ਤੇ ਲੇਕਿਨ ਹੁਣ ਸੰਗਤਾਂ ਹੁਣ ਪਹੁੰਚੀਆਂ ਹੈਗੀਆਂ ਇਹ ਜਦ ਇੰਨੀ ਗੱਲ ਹੋਈ ਤਾਂ ਬਾਹਰੋਂ ਜਿਹੜੀਆਂ ਆਵਾਜ਼ਾਂ ਸੀ ਨਾ ਉਹਨੀਆਂ ਬੰਦ ਹੋ ਗਈਆਂ ਯਾਦ ਵਾ ਜਬ ਵੰਧ ਹੋਈ ਉਹ ਪ੍ਰੇਮੀ ਆਇਆ ਕਿ ਨਾ ਮਹਾਰਾਜ ਵੀ ਜਿਹੜੇ ਬਾਹਰ ਜੱਥੇ ਗਏ ਸੀ ਜਿਹੜੇ ਸ਼ਬਦ ਪੜ੍ਹਦੇ ਆ ਰਹੇ ਸੀਗੇ ਉਹ ਕਿੱਧਰ ਚਲੇ ਗਏ ਕਦੇ ਨਹੀਂ ਗਏ ਤੇ ਬਾਬਾਦਰ ਸਿੰਘ ਕਹਿਣ ਲੱਗੇ ਕਿ ਤੂੰ ਜੋ ਕਹਿ ਤਾ ਸਕਾ ਕਿ ਹੁਣ ਦਵਾਨ ਦੀ ਸਮਾਪਤੀ ਹੈ ਇਸ ਕਰਕੇ ਇਹ ਜਿਹੜੀਆਂ ਅਗੰਮੀ ਦੇਵ ਰੂਹਾਂ ਹਨ ਜਿਸ ਅਸਥਾਨ ਤੋਂ ਆਈਆਂ ਉੱਥੇ ਵਾਪਸ ਮੁੜ ਗਈਆਂ ਹੈ ਸੋ ਇਸੇ ਨਾਲ ਗੱਲ ਦੇਖ ਲਾ ਸੇ ਸੰਤ ਮਸਕੀਨ ਸਾਹਿਬ ਹੋਣਾ ਨੇ ਵੀ ਕਈ ਵਾਰ ਕੀਤੇ ਆ ਉਨਾ ਨੀ ਵਿਹਨਾ ਇਹ ਗੱਲਾਂ ਦੇ ਜਿਹੜੇ ਨੇ ਖਲਾਸੇ ਹੈ ਉਹ ਸੰਗਤ 'ਚ ਖੋਲੇ ਆ ਕਿ ਮੇਰੇ ਉਹਨਾਂ ਦੇ ਤਜਰਬੇ ਦੇ ਅਨਸਾਰ ਕਿ ਜਿੰਨੀ ਵੀ ਸੰਗਤ ਬੈਠੀ ਹੁੰਦੀ ਦੀਵਾਨਾ ਦੇ ਵਿੱਚ ਇਹਦੇ ਨਾਲੋਂ ਤਕਰੀਬਨ ਦੁੱਗਣੇ ਜਿਹੜੇ ਹਨ ਇਹ ਦੇਵੀ ਦੇਵਤੇ ਇਨ ਆਸਥਾਨਾਂ ਦੀ ਹਾਜ਼ਰੀ ਭਰਦੇ ਆ ਸੋ ਮਸਕੀਨ ਜਿਹਨੇ ਜਾਨੀ ਇੱਥੋਂ ਤੱਕ ਵੀ ਦੱਸਿਆ ਸੀਗਾ ਕਿ ਉਹਨਾਂ ਨੇ ਆਪਣੇ ਜੀਵਨ ਯਾਤਰਾ ਦੇ ਵਿੱਚ 15 16 ਐਸੀਆਂ ਜਿਹੜੀਆਂ ਹਨ ਦੁਰਲੱਭ ਰੂਹਾਂ ਹੈਗੀਆਂ ਜਿਹੜੀਆਂ ਨਾਮਰਸੀਆਂ ਜੋ ਨਾਮ ਦੇ ਨਾਲ ਭਰੀਆਂ ਹੈਗੀਆਂ ਜਿਨ੍ਹਾਂ ਦੀ ਦਿਵ ਦ੍ਰਿਸ਼ਟੀ ਖੁੱਲੀ ਆ ਉਹਨਾਂ ਦੇ ਦਰਸ਼ਨ ਕੀਤੇ ਤੇ ਇਹ ਜਿਹੜੀਆਂ ਹਨ ਰੂਹਾਂ ਹੈਗੀਆਂ ਇਹ ਦਿਵ ਦ੍ਰਿਸ਼ਟੀ ਦੇ ਨਾਲ ਇਹਨਾਂ ਸਾਰੇ ਦੇਵੀ ਦੇਵਤਿਆਂ ਨੂੰ ਦੇਖ ਸਕਦੀਆਂ ਹੈ ਸੋ ਇਸੇ ਤਰ੍ਹਾਂ ਜਿਹੜਾ ਹੈ ਇੱਕ ਵਾਰੀ ਸੰਤ ਬਾਬਾ ਨਾਨਕ ਜੀ ਦੇ ਦੀਵਾਨ ਦੇ ਵਿੱਚ ਵੀ ਇਸ ਤਰ੍ਹਾਂ ਹੋਇਆ ਸੀਗਾ ਕਿ ਕਿਸ ਜਣੇ ਬਾਬਾ ਨਾਨਕ ਨੂੰ ਸੁਣਾ ਨੂੰ ਪੁੱਛਿਆ ਸੀਗਾ ਕਿ ਮਹਾਰਾਜ ਵੀ ਠਾਡੇ ਦੀਵਾਨਾਂ ਦੇ ਵਿੱਚ ਬਾਹਰੋਂ ਸੰਗਤ ਬੜੀ ਆਉਂਦੀ ਹੈ ਪਰ ਜਿੱਥੋਂ ਆਉਂਦੀ ਉੱਥੇ ਚਲੀ ਜਾਂਦੀ ਹੈ ਦਾ ਕਾਰਨ ਕੀ ਆ ਫਿਰ ਬਾਬਾ ਜੀ ਨੇ ਆਖਿਆ ਸੀਗਾ ਕਿ ਇਹ ਸਾਰੇ ਹਨ ਦੇਵ ਲੋਕ ਦੇ ਵਾਸੀ ਆ ਜਿਹੜੇ 33 ਕਰੋੜ ਦੇਵੀ ਦੇਵਤੇ ਹਨ ਇਹਨਾਂ ਵਿੱਚ ਬਹੁਤ ਸਾਰੇ ਜਿਹੜੇ ਦੇਵੀ ਦੇਵਤੇ ਇਹਨਾਂ ਅਸਥਾਨਾਂ ਦੀ ਹਾਜ਼ਰੀ ਕਰਦੇ ਆ ਪਰ ਉਹਦੇ ਮਨ ਦੇ ਵਿੱਚ ਹੋਇਆ ਕਿ ਮੈਂ ਤਾਂ ਕਦੀ ਦੇਵੀ ਦੇਵਤੇ ਦੇਖੇ ਨਹੀਂ ਲੇਕਿਨ ਇਹ ਹਾਜ਼ਰੀ ਕਿਸ ਤਰ੍ਹਾਂ ਭਰਦੇ ਹੈ ਪਰ ਜਿੱਦਣ ਇੱਕ ਦਿਨ ਉਹ ਦੀਵਾਨ 'ਚ ਬੈਠਾ ਸੀਗਾ ਉਹਨੇ ਕੀ ਦੇਖਿਆ ਕਿ ਬਾਬਾ ਜੀ ਦੀ ਮੇਰ ਦੇ ਨਾਲ ਉਹਦੀ ਜਿਹੜੀ ਨਾ ਦਿਵਯ ਦ੍ਰਿਸ਼ਟੀ ਸੀ ਉਸ ਪ੍ਰੇਮੀ ਦੀ ਜਦ ਖੋਲੀ ਤੋ ਉਹਨੇ ਦੀਵਾਨ ਦੇ ਵਿੱਚ ਕੀ ਦੇਖਿਆ ਕਿ ਜਿੰਨੀ ਵੀ ਸੰਗਤ ਬੈਠੀ ਸੀ ਸਾਰੀਆਂ ਸੰਗਤਾਂ ਦੇ ਵਿੱਚ ਬਹੁਤ ਹੀ ਸੁੰਦਰ ਮੁਕਟ ਜਿਹੜੇ ਲਾਏ ਹੁੰਦੇ ਸੀ ਦੇਵੀ-ਦੇਵਤੇ ਅਗੰਮੀ ਰੂਹਾਂ ਨੇ ਬਸ ਸਜੀਆਂ ਹੋਈਆਂ ਸੀ ਸੋ ਪ੍ਰੇਮੀ ਇਹ ਸਾਰੀ ਹੈ ਨਾ ਖੇਡ ਜਿਹੜੀ ਗੁਪਤ ਦੁਨੀਆਂ ਦੀ ਸੀ ਉਹ ਦੇਖ ਕੇ 당ਗ ਰਹਿ ਗਿਆ ਪਰ ਅਚਨਚੇਤ ਉਹਨੇ ਕੀ ਦੇਖਿਆ ਕਿ ਜਿੰਨੇ ਵੀ ਦੇਵੀ-ਦੇਵ ਤੇ ਬੈਠੇ ਉਹਨਾਂ ਵਿੱਚ ਇੱਕ ਭਗੜੜ ਦੇ ਹੀ ਮਚ ਗਈ ਤੇ ਸਾਰੇ ਦੇਵੀ-ਦੇਵਤੀਆਂ ਜਿਹੜੀਆਂ ਸੀ ਨਾ ਉਹ ਸੰਗਤ ਦੇ ਵਿੱਚੋਂ ਫਟਾਫਟ ਜਿਹੜੇ ਸੀ ਉਹ ਬਾਹਰ ਨੂੰ ਨਿਕਲਣੇ ਸ਼ੁਰੂ ਹੋ ਗਏ ਜਦ ਨਿਕਲਣਾ ਸ਼ੁਰੂ ਹੋ ਗਿਆ ਤਾਂ ਫਿਰ ਉਹ ਬੜਾ ਹਰਾਨ ਹੋਇਆ ਸੀ ਪੂਰਾ ਜਿਹੜਾ ਪੰਡਾਲ ਸੀਗਾ ਉਹ ਦੇਖਦੇ ਦੇਖਦੇ ਖਾਲੀ ਹੋਇਆ ਸੀਗਾ ਫਿਰ ਉਹਨੇ ਬਾਬਾ ਨਾਲ ਸੁਣਨ ਪੁੱਛਿਆ ਸੀਗਾ ਵੀ ਇਹ ਕਿਵੇਂ ਹੋ ਗਿਆ ਪਹਿਲਾਂ ਦੇਵੀ ਦੇਵਤੇ ਆਏ ਸੀਗੇ ਸਭ ਬੈਠੇ ਸੀ ਆਪ ਦਾ ਕੀਰਤਨ ਜਸ ਕਰਦੇ ਸੀਗੇ ਲੇਕਿਨ ਮਗਰੋਂ ਸਾਰੇ ਕਿੱਥੇ ਚਲ ਗਏ ਫਿਰ ਬਾਬਾ ਜੀ ਨੇ ਆਖਿਆ ਸੀਗਾ ਕਿ ਇੱਕ ਐਸੀ ਜਿਹੜੀ ਹੈ ਨਾ ਬਦਰੂ ਸੀਗੀ ਜਿਹੜੀ ਇਸ ਦਵਾਨ ਦੇ ਵਿੱਚ ਹਾਜ਼ਰ ਹੋਈ ਲੇਕਿਨ ਉਹਨੇ ਨਾ ਮੂੰਹ ਦੇ ਵਿੱਚ ਤਮਾਕੂ ਲਾਇਆ ਸੀਗਾ ਉਹ ਉਸ ਤਮਾਕੂ ਦੀ ਜਿਹੜੀ ਭਣਕ ਸੀਗੀ ਜਾਂ ਦੇਵਤਿਆਂ ਨੂੰ ਲੱਗੀ ਆ ਤੋ ਉਸੇ ਟਾਈਮ ਇਸ ਤਮਾਕੂ ਦੀ ਮਹਿਕ ਦੇ ਨਾਲ ਹੀ ਹਨਾ ਉਹ ਦਿਵਾਨ ਦੇ ਵਿੱਚੋਂ ਫਟਫਟ ਬਾਹਰ ਨਿਕਲ ਗਿਆ ਸੋ ਕਹਿਣ ਤੋਂ ਪਾਵੇਗਾ ਕਿ ਇਹੋ ਜੇ ਦਿਵਾਨਾਂ ਦੇ ਉੱਤੇ ਖਾਸ ਕਰਕੇ ਸ਼ੁੱਧਤਾ ਦੀ ਬੜੀ ਲੋੜ ਹੈ ਕਿਤੇ ਵੀ ਦਿਵਾਨ ਦੀ ਅਸੀਂ ਹਾਜ਼ਰੀ ਭਰਨੀ ਹੈ ਸੋ ਅਸੀਂ ਹਾਜ਼ਰੀ ਜਿਹੜੀ ਹਨ ਪੁਨਖਟਣ ਵਾਸਤੇ ਭਰਨੀ ਆ ਨਾ ਕਿ ਦੂਸਰਿਆਂ ਦੀ ਜਿਹੜੀ ਹੈ ਉਹ ਭਾਰ ਜਾਂ ਵਜਨ ਜਾਂ ਜੋ ਨਿੰਦਾ ਦਾ ਵਜਨ ਭਾਰ ਹੈਗਾ ਕੋਈ ਐਸੀ ਚੀਜ਼ ਦਾ ਸੇਵਨ ਕਰਕੇ ਦਿਵਾਨਾ ਚ ਜਾਣਾ ਹੈਗਾ ਕਿ ਜਿਹਦੇ ਨਾਲ ਜਿਹੜੀ ਹੈ ਨਾ ਪਾਪਾਂ ਦੀ ਮੇਲ ਸਾਡੇ ਤੇ ਹੋਰ ਵੀ ਚੜ ਜਾਵੇ ਸੋ ਕਹਿਣ ਤੋਂ ਪਾਵੇ ਹੈ ਕਿ ਜਿਸ ਵੀ ਦਿਵਾਨ ਦੀ ਅਸੀਂ ਹਾਜ਼ਰੀ ਭਰਨੀ ਆ ਉਹ ਬੜੇ ਅਦਬ ਤੇ ਪ੍ਰੇਮ ਤੇ ਭੈ ਦੇ ਵਿੱਚ ਭਰਨੀ ਪੈਂਦੀ ਹੈ ਕਿਉਂਕਿ ਸਾਨੂੰ ਪਤਾ ਹੁੰਦਾ ਹੈ ਕਿ ਕਿ ਜਿੱਥੇ ਜਿਹੜੇ ਹੈ ਉਹ ਗੁਰਸਿੱਖ ਪਿਆਰੇ ਨਾਲ دیਵਾਨਾਂ ਦੀ ਹਾਜ਼ਰੀ ਪਰਦੇ ਆ ਉਥੇ ਖਾਸ ਕਰਕੇ ਦੇਵ ਲੋਕ ਇਹਨਾਂ ਦੇ ਵਿੱਚੋਂ ਦੁੱਗਣੇ ਜਿਹੜੇ ਹੈ ਇਹਨਾਂ ਦੀਵਾਨਾਂ ਦੀ ਹਾਜ਼ਰੀ ਪਰਦੇ ਆ ਇਸੇ ਤਰ੍ਹਾਂ ਨੇ ਅਸੀਂ ਸੰਤ ਬਾਬਾ ਈਸ਼ਰ ਸਿੰਘ ਦੇ ਮਹਾਂਪੁਰਖਾ ਉਹਨਾਂ ਦੀ ਇੱਕ ਜੀਵਨ ਦੀ ਘਟਨਾ ਵੀ ਦਾ ਸਾਂਝੀ ਕਰਦਾ ਕਿ ਇੱਕ ਵਾਰ ਉਹ ਹਨ ਦਵਾਨ ਦੇ ਵਿੱਚ ਕੀਰਤਨ ਕਰਦੇ ਸੀਗੇ ਤੇ ਇਹਨਾਂ ਦਵਾਨਾਂ ਵਿੱਚ ਬਹੁਤ ਸਾਡੀ ਸੰਗਤ ਜਿਹੜੀ ਸੀ ਉਹ ਨਾਮ ਦੇ ਵਿੱਚ ਕੀਰਤਨ ਦੇ ਰਸ ਦੇ ਵਿੱਚ ਜੁੜੀ ਹੋਈ ਸੀ ਤੇ ਇਹਨਾਂ ਵਿੱਚੋਂ ਸੰਤ ਬਾਬਾ ਬਰਿਆਮ ਸਿੰਘ ਵੀ ਬੈਠੇ ਸੀਗੇ ਉਹ ਕਹਿਣ ਲੱਗੇ ਕਿ ਜਦੋਂ ਕੀਰਤਨ ਸੰਤ ਬਾਬਾ ਐਸ਼ਰ ਸਿੰਘ ਜੀ ਰਾੜੇ ਵਾਲੇ ਮਹਾਂਪੁਰ ਕਰਦੇ ਸੀ ਅਚਨਚੇਤ ਇੱਕ ਬੀਬੀ ਜਿਹੜੀ ਸੀਗੀ ਉਹਦਾ ਧਿਆਨ ਜਿਹੜਾ ਸੀਗਾ ਉਹ ਇੱਕ ਪਾਸੇ ਨੂੰ ਹੋ ਗਿਆ ਤੋਂ ਉਹਦ ਨੂੰ ਲਗਾਤਾਰ ਦੇਖੀ ਜਾ ਰਹੀ ਸੀ ਕਹਿੰਦੇ ਕੁਦਰਤੀ ਸਾਡੀ ਨਜ਼ਰ ਵੀ ਉਸ ਬੀਬੀ ਤੇ ਪਈ ਆ ਇਸ ਹੀ ਮਨ ਚ ਸੋਚਿਆ ਕਿ ਸੰਤ ਬਾਬਾ ਇਸ਼ਰ ਸਿੰਘ ਜੀ ਤਾਂ ਇਸ ਪਾਸੇ ਬੈਠ ਕੇ ਕੀਰਤਨ ਕਰ ਰਹੇ ਲੇਕਿਨ ਬੀਬੀ ਜਿਹੜੀ ਹੈ ਦੂਸਰੇ ਪਾਸੇ ਲਗਾਤਾਰ ਜਿਹੜੀ ਹੈ ਉੱਤੇ ਅੰਨ ਲਗਾ ਕੇ ਆਪਣੀ ਡਿੱਕਟੀ ਲਗਾ ਕੇ ਦੇਖ ਰਹੀ ਆ ਪਰ ਕਹਿੰਦੇ ਸਾਨੂੰ ਸਮਝ ਨਹੀਂ ਆਈ ਅਖੀਰ ਜਦ ਦਵਾਨ ਦੀ ਸਮਾਪਤੀ ਹੋਈ ਫਿਰ ਕਹਿੰਦੇ ਅਸੀਂ ਬੀਬੀ ਨੂੰ ਪੁੱਛਿਆ ਕਿ ਬੀਬੀ ਮਹਾਪੁਰਖ ਤਾਂ ਇਦਨ ਕੀਰਤਨਕਾਰ ਦੇ ਸਾਰੇ ਸੰਗਤ ਦਾ ਧਿਆਨ ਤਾਂ ਮਹਾਪੁਰਖਾਂ ਦੇ ਚਰਨਾਂ ਵਿੱਚ ਅਸੀਂ ਕੀਰਤਨ ਕਰਦੇ ਨੇ ਸੁਣਦੇ ਹਾਂ ਪਰ ਤੁਸੀਂ ਆਪਣੀ ਜਿਹੜੀ ਦ੍ਰਿਸ਼ਟੀ ਸੀ ਉਹ ਇੱਕ ਪਾਸੇ ਜਮਾ ਰੱਖੀ ਆ ਤੁਸੀਂ ਮਹਾਪੁਰਖਾਂ ਦ੍ਰਿਸ਼ਟੀ ਉਲਟ ਕਰਕੇ ਦੂਸਰੇ ਪਾਸੇ ਦੇਖੇ ਜਾਂਦੇ ਆ ਐਸੀ ਕਿਹੜੀ ਗੱਲ ਹੋਈ ਜਦ ਇਹ ਗੱਲ ਹੋਈ ਤਾਂ ਬੀਬੀ ਨੇ ਆਖਿਆ ਸਗਾ ਕਿ ਮਹਾਂਪੁਰਖੋ ਦਰਸਤਾ ਕਲੇ ਸੀ ਇਸ ਦੀਵਾਨ ਦੇ ਵਿੱਚ ਤਿੰਨ ਜਿਹੜੀਆਂ ਹਨ ਵੱਡੇ ਜਿਹੜੇ ਸੀ ਉਹ ਮਲੰਗ ਸਾਧੂ ਇਸ ਅਸਥਾਨ ਦੇ ਵਿੱਚ ਆਏ ਸੀ ਤੇ ਇਹੋ ਜੇ ਸਾਧੂ ਮੈਂ ਕਦੀ ਨਹੀਂ ਦੇਖੇ ਉਹ ਬਾਬਾ ਜੀ ਦੇ ਦੀਵਾਨ ਦੇ ਵਿੱਚ ਆ ਕੇ ਹਨ ਬੜੇ ਮਸਤ ਹੋ ਕੇ ਬੈਠੇ ਸੀ ਮੈਂ ਉਹਨਾਂ ਨੂੰ ਹੀ ਦੇਖਦੀ ਸੀ ਕਿ ਇਹ ਜਿਹੜੇ ਸਾਧੂ ਆ ਮੈਂ ਅੱਜ ਤੱਕ ਦੀਵਾਨ ਦੇ ਵਿੱਚ ਕਦੀ ਦੇਖੇ ਨਹੀਂ ਹੈ ਇਹ ਕੌਣ ਹੋ ਸਕਦੀ ਹੈ ਜਿਹੜੇ ਸੰਤ ਬਾਬਾ ਈਸ਼ਰ ਸਿੰਘ ਰਾੜੇ ਵਾਲਿਆਂ ਦੇ ਮਹਾਂਪੁਰਖਾਂ ਦੇ ਕੀਰਤਨ ਦੀ ਹਾਜ਼ਰੀ ਭਰਦੇ ਆ ਕਿੰਦੇ ਜਦੋਂ ਇੰਨੀ ਗੱਲ ਹੋਈ ਤਾਂ ਕਹਿੰਦੇ ਫਿਰ ਮੈਂ ਜਿਹੜੀ ਸੀ ਗੱਲ ਇਹ ਬਾਬਾ ਈਸ਼ਰ ਸਿੰਘ ਹੁਣਾਂ ਦੇ ਨਾਲ ਜਾ ਕੇ ਸਾਂਝੀ ਕੀਤੀ ਜਦੋਂ ਕਹਿੰਦੇ ਸਾਂਝੀ ਕੀਤੀ ਤਾਂ ਬਾਬਾ ਈਸ਼ਰ ਸਿੰਘ ਜੀ ਜਿਹੜੀ ਸੀ ਕਹਿੰਦੇ ਇੱਕਦਮ ਹੀ ਹਨਾਂ ਕਹਿੰਦੇ ਮੈਨੂੰ ਜਿਹੜੇ ਸੀ ਉਹ ਜ਼ੋਰ ਦੇ ਨਾਲ ਇਸ ਗੱਲ ਨੂੰ ਦਬਾਉਣ ਲੱਗੇ ਕਿ ਤੂੰ ਇਹ ਗੱਲ ਕਿਉਂ ਤੇ ਪੁੱਛਦਾ ਹੈ ਜਦੋਂ ਕਹਿੰਦੇ ਬਾਬਾ ਜੀ ਨੇ ਕਿਹਾ ਤੂੰ ਚੁੱਪ ਕਰ ਪਰ ਸੰਤਪਾ ਬਰਿਆਮਸੂ ਹੁਣੇ ਕਹਿਣ ਲੱਗੇ ਕਿ ਮੇਰੇ ਮਨ ਦੇ ਵਿੱਚ ਜਿਹੜੀ ਸੀ ਨੇ ਸ਼ੱਕ ਹੋਰ ਵੀ ਡਾਢੀ ਹੋਈ ਕੀ ਗਲਤ ਆ ਜ਼ਰੂਰ ਨਹੀਂ ਤਾਂ ਮਹਾਂਪੁਰਖ ਸੰਤ ਬਾਬਾ ਇਸ਼ਰ ਸਿੰਘ ਉਹਨਾਂ ਨੇ ਮੇਰੇ ਨਾਲ ਹੀ ਗੱਲ ਸਾਂਝੀ ਕਰਨੀ ਸੀ ਉਹਨੂੰ ਕਿਉਂ ਜਿਹੜੀ ਹੈ ਆਪਣੀ ਮੂੰਹ ਤੇ ਉਂਗਲੀ ਕਰਕੇ ਮੈਨੂੰ ਕਹਤਾ ਕਿ ਤੂੰ ਚੁੱਪ ਕਰ ਇਸ ਗੱਲ ਦੇ ਉੱਤੇ ਪਰਦਾ ਦੇ ਪਰ ਕਹਿੰਦੇ ਮੇਰੇ ਵੀ ਮਨ ਦੀ ਜਿਹੜੀ ਸੀ ਜਿਹੜੀ ਇੱਛਾ ਜਾਣਨ ਦੀ ਸੀ ਉਹ ਜਿਆਦਾ ਜਿਆਦਾ ਵਧੀ ਫਿਰ ਮੈਂ ਮਹਾਂਪੁਰਖਾਂ ਨੂੰ ਇੱਕ ਦਿਨ ਜਦ ਪ੍ਰਸੰਨ ਸੀ ਕਿ ਮੈਂ ਪੁੱਛ ਹੀ ਲਿਆ ਮੈਂ ਕਿ ਮਹਾਂਪੁਰਖ ਉਹ ਜਿਹੜਾ ਪ੍ਰਸ਼ਨ ਉਹ ਅਜੇ ਵੀ ਮੇਰੇ ਮਨ 'ਚ ਖੜਾ ਕਿ ਉਸ ਦਿਨ ਦੀਵਾਨ ਦੇ ਵਿੱਚ ਤੁਸੀਂ ਕਿਹੜੀ ਜਿਹੜੀ ਐਸੀ ਗੱਲ ਸੀਗੀ ਜਿਹੜੀ ਬੀਬੀ ਇੱਕ ਪਾਸੇ ਧਿਆਨ ਲਗਾ ਕੇ ਟਿਕ ਟਿਕ ਹੀ ਦੇਖਦੀ ਸੀ ਐਸੀ ਕਿਹੜੀ ਗੱਲ ਸੀ ਫਿਰ ਸੰਤ ਬਾਬਾ ਈਸ਼ਰ ਸਿੰਘ ਜੀ ਨੇ ਕਿਹਾ ਸੀ ਕਹਿੰਦੇ ਬ੍ਰਿਹਾਮ ਸਿੰਘ ਜੀ ਦਰਸਰ ਗੱਲ ਇਹ ਸੀ ਕਿ ਉਹ ਜਿਸ ਜਗ੍ਹਾ ਦੇ ਉੱਤੇ ਬੀਬੀ ਜਿਹੜੀ ਸੀ ਉਹ ਟਿਕ ਟਿਕੀ ਲਗਾ ਕੇ ਦੇਖਦੀ ਸੀ ਨਾ ਨਜ਼ਦੀਕ ਉਹਦੇ ਤੇ ਉੱਥੇ ਕਿੰਨੇ ਤਿੰਨ ਦੇਵਤੇ ਬ੍ਰਹਮਾ ਵਿਸ਼ਨੂੰ ਮਹੇਸ਼ ਉਹ ਜਿਹੜੇ ਸੀ ਉਹ ਸਾਡੇ ਗੁਰੂ ਨਾਨਕ ਸਾਹਿਬ ਦੇ ਦਰਬਾਰ ਦੀ ਜਿਹੜੀ ਸੀ ਉਹ ਹਾਜ਼ਰੀ ਭਰਦੇ ਸੀ ਜਦੋਂ ਅਸੀਂ ਕੀਰਤਨ ਕਰਦੇ ਸੀ ਜਦ ਕਹਿੰਦੀ ਇਹ ਗੱਲ ਹੋਈ ਤਾਂ ਬਾਬਾ ਬ੍ਰਿਹਾਮ ਸਿੰਘ ਕਹਿੰਦੇ-ਕਹਿੰਦੇ ਅਸੀਂ ਵੀ ਬੜੇ ਚਾਰਜ ਹੋਏ ਇਹ ਦੇਖੋ ਬ੍ਰਹਮਾ ਵਿਸ਼ਨੂੰ ਮਹੇਸ਼ ਜਿਹੜੇ ਹੈ ਉਹ ਮਹਾਨ ਦੇਵੀ ਦੇਵਤਿਆਂ ਦੇ ਸਰਮੋਰ ਦੇਵਤੇ ਆ ਉਹ ਵੀ ਇਸ ਦੀਵਾਨ ਦੀ ਹਾਜ਼ਰੀ ਭਰਦੇ ਆ ਪਰ ਕਹਿੰਦੇ ਇਹ ਜਿਹੜੀ ਸੀ ਜਦੋਂ ਅਸੀਂ ਉਸ ਬੀਬੀ ਨਾਲ ਬਾਅਦ ਇਹ ਗੱਲ ਸਾਂਝੀ ਕੀਤੀ ਤਾਂ ਉਹ ਕਹਿੰਦੀ ਸੀ ਕਿ ਮੈਂ ਤਾਂ ਇਹਨਾਂ ਨੂੰ ਲਗਾਤਾਰ ਦੇਖਦੀ ਸੀ ਪਰ ਮੇਰਾ ਜਿਹੜਾ ਧਿਆਨ ਸੀਗਾ ਇਸੇ ਕਰਕੇ ਸੀਗਾ ਕਿ ਇਹ ਜਿਹੜੇ ਹਨ ਬਲੰਗ ਸਾਧੂ ਇੱਥੇ ਬੈਠੇ ਹੈਗੇ ਆ ਇਹ ਮੈਂ ਅੱਗੇ ਕਦੀ ਨਹੀਂ ਦੇਖੇ ਪਰ ਬਾਬਾ ਬ੍ਰਿਯਾਂਸੂ ਹਣੀ ਕਹਿਣ ਲੱਗੇ ਕਿ ਮੈਂ ਹੈਰਾਨ ਸੀਗਾ ਕਿ ਉਸ ਬੀਬੀ ਦੀ ਜਿਹੜੀ ਦਿਵਯ ਦ੍ਰਿਸ਼ਟੀ ਹੈ ਉਹ ਕਿੰਨੀ ਜੜਾ ਜਿਹੜੀ ਹੈ ਉਹ ਅੱਗੇ ਹੈ ਜਦ ਕਿ ਅਸੀਂ ਵੀ ਉੱਥੇ ਬੈਠੇ ਸੀ ਪਰ ਸਾਨੂੰ ਕੁਝ ਉਹਨਾਂ ਟਾਈਮਾਂ ਵਿੱਚ ਨਜ਼ਰ ਨਹੀਂ ਸੀ ਆਇਆ ਪਰ ਇਹ ਗੱਲ ਪੱਕੀ ਹੋ ਗਈ ਸੀ ਕਿ ਜਿੱਥੇ ਮਹਾਂਪੁਰਖ ਹਾਜ਼ਰੀ ਭਰਦੇ ਹਨ ਉਹਨਾਂ ਅਸਥਾਨਾਂ ਦੇ ਉੱਤੇ ਦੇਵੀ ਦੇਵਤਾ ਦੇ ਵਾਸੀ ਜਿਹੜੇ ਹੈ ਉਹ ਸਦਾ ਹੀ ਹੁੰਦੇ ਆ ਸੋ ਇੱਕ ਦਿਨ ਫਿਰ ਸੰਤ ਬਾਬਾ ਬ੍ਰਿਯਾਮਸ ਉਹਨਾਂ ਦੇ ਵੀ ਆਪਣੇ ਜਿਹੜੀ ਜੀਵਨ ਦੀ ਨੋਖੀ ਘਟਨਾ ਉਹਨਾਂ ਨੇ ਦੱਸੀ ਸੀ ਕਿ ਇੱਕ ਵਾਰ ਮੈਂ ਵੀ ਹਨਾ ਦੀਵਾਨ ਦੇ ਵਿੱਚ ਜਦੋਂ ਮਿਰਤੇ ਕਿਰਪਾ ਹੋਈ ਮਾ ਸੰਗਤ ਦੇ ਵਿੱਚ ਇਹ ਗੱਲ ਕਹਿਤੀ ਸੀ ਕਿ ਜਦੋਂ ਵੀ ਤੁਸੀਂ ਦੀਵਾਨ ਚ ਆਓ ਹਨ ਬੜਾ ਚੁੱਪ ਕਰਕੇ ਜਿਹੜਾ ਬੜੇ ਪ੍ਰੇਮ ਤੇ ਸ਼ਰਧਾ ਤੇ ਭਾਵਨਾ ਦੇ ਨਾਲ ਅਦਬ ਤੇ ਦਰਦ ਦੇ ਭੈ ਦੇ ਵਿੱਚ ਹਮੇਸ਼ਾ ਹਨ ਦੀਵਾਨਾਂ ਦੀ ਹਾਜ਼ਰੀ ਭਰਿਆ ਕਰੋ ਕਿਉਂਕਿ ਇਹਨਾਂ ਦੀਵਾਨਾਂ ਦੇ ਵਿੱਚ ਜਿੱਥੇ ਸਾਰੀਆਂ ਸੰਗਤਾਂ ਬੈਠੀਆਂ ਇਹਨਾਂ ਸੰਗਤ ਦੇ ਨਾਲ ਹੀ ਹਨ ਦੇਵ ਲੋਕ ਜਿਹੜੇ ਦੇਵੀ ਦੇਵਤੇ ਉਹ ਵੀ ਬੈਠੇ ਆ ਉਹ ਵੀ ਦੀਵਾਨਾਂ ਦੀ ਹਾਜ਼ਰੀ ਭਰਦੇ ਆ ਕਹਿੰਦੇ ਅਸੀਂ ਇਸ ਤਰ੍ਹਾਂ ਦੇ ਜਿਹੜੇ ਹਨ ਵਿਚਾਰ ਸੀ ਜਦ ਸੰਗਤ ਦੇ ਵਿੱਚ ਰੱਖੀ ਸੀ ਉਹਦੇ ਵਿੱਚੋਂ ਇੱਕ ਬੀਬੀ ਜਿਹੜੀ ਉਸ ਦੀਵਾਨ ਦੇ ਵਿੱਚ ਬੈਠੀ ਸੀ ਉਹਦੇ ਮਨ ਦੇ ਵਿੱਚ ਫੁਰਨਾ ਆ ਗਿਆ ਕਿ ਅਗਰ ਮਹਾਪੁਰਖ ਬਾਬਾ ਬ੍ਰਿਯਾਮ ਸੁਹਣੀ ਜਿਹੜੀ ਹੈ ਉਹ ਇਹ ਬਚਨ ਕਰਦੇ ਆ ਕਿ ਸੰਗਤ ਦੇ ਵਿੱਚ ਦੇਵੀ-ਦੇਵਤਾ ਦਾ ਵਾਸਾ ਹੁੰਦਾ ਅਗਰ ਵਾਕਈ ਦੇਵੀ-ਦੇਵਤਾ ਦਾ ਵਾਸਾ ਹੁੰਦਾ ਹੈਗਾ ਤੇ ਉਸ ਬੀਬੀ ਨੇ ਮਨ ਦੇ ਵਿੱਚ ਜਿਹੜੀ ਇਹ ਫੁਰਨਾ ਜਿਹੜਾ ਸੰਕਲਪ ਸੀਗਾ ਇਹ ਦੜਾਇਆ ਸੀਗਾ ਕਿ ਅਗਰ ਸੱਚਮੁੱਚ ਦੇਵੀ-ਦੇਵਤਾ ਦਾ ਵਾਸਾ ਸੰਗਤ ਦੇ ਵਿੱਚ ਹੁੰਦਾ ਹੈ ਸੋ ਮੇਰਾ ਜਿਹੜਾ ਬਿਮਾਰੀ ਦਮਾ ਹੈ ਜਿਹੜਾ ਉਸ ਬੀਬੀ ਨੂੰ ਬੜੇ ਡੇਰ ਤੋਂ ਸੀਗਾ ਇਹ ਦਮਾ ਜਿਹੜਾ ਹਨ ਇਹਦਾ ਹੱਲ ਹੋ ਜਵੇ ਇਹਦਾ ਲਾਜ ਹੋ ਜਵੇ ਮੇਰਾ ਦਮਾ ਜਿਹੜਾ ਖਤਮ ਹੋ ਜਵੇ ਜਦੋਂ ਕਹਿੰਦੇ ਉਸ ਬੀਬੀ ਨੇ ਬੈਠੇ-ਬੈਠੇ ਇਹ ਜਿਹੜਾ ਫੁਰਨਾ ਸੀ ਅਰਦਾਸ ਦੀ ਸ਼ਕਲ ਦੇ ਵਿੱਚ ਅੰਦਰ ਜਿਹੜਾ ਸੀ ਬਣਾਇਆ ਸੀਗਾ ਕਹਿੰਦੇ ਐਸੀ ਕਲਾ ਵਰਤੀ ਉਸ ਤੋਂ ਬਾਅਦ ਉਹ ਜਿਹੜਾ ਬੀਬੀ ਦਾ ਹਨਾ ਦਮਾ ਸੀਗਾ ਉਹ ਜਿਹੜਾ ਸੀ ਉਹ ਸਦਾਬਸਤੇ ਖਤਮ ਹੋ ਗਿਆ ਜਦੋਂ ਉਹ ਦਮੇ ਤੋਂ ਰਹਾਤ ਹੋ ਗਈ ਉਹ ਬਿਲਕੁਲ ਬੀਬੀ ਨਾਰਮਲ ਹੋ ਗਈ ਮਾਪੇ ਪਰ ਕਹਿਣ ਲੱਗੇ ਕਿ ਸਾਨੂੰ ਇਸ ਘਟਨਾ ਦਾ ਤਾਂ ਬਿਲਕੁਲ ਪਤਾ ਨਹੀਂ ਸੀ ਪਰ ਫਿਰ ਕਹਿੰਦੇ 2 ਕੁ ਮਹੀਨੇ ਬਾਅਦ ਉਹ ਬੀਬੀ ਜਿਹੜੀ ਸੀ ਉਹ ਗਰੀਬ ਘਰ ਦੀ ਸੀ ਇੱਕ ਖੇਸੀ ਤੇ 50 ਰੁਪਏ ਲੈ ਕੇ ਕਹਿੰਦੇ ਸਾਡੇ ਕੋਲ ਪਹੁੰਚੀ ਜਦੋਂ ਉਹਨੇ ਸਾਡੇ ਕੋਲ ਆ ਕੇ ਹਨਾ ਮੱਥਾ ਟੇਕ ਕੇ ਆਪਣੀ ਖੇਸੀ ਤੇ 50 ਰੁਪਏ ਸਾਨੂੰ ਭੇਟਾ ਵਜੋਂ ਪੇਸ਼ ਕੀਤੇ ਕਹਿੰਦੇ ਅਸੀਂ ਉਹਦੇ ਵੱਲ ਦੇਖ ਕੇ ਕਿਹਾ ਕਿ ਬੀਬਾ ਇਹ ਕੀ ਗੱਲ ਹੈ ਤਾਂ ਕਹਿੰਦੇ ਉਹ ਬੀਬੀ ਨੇ ਕਿਹਾ ਮਾਹ ਪੁਰਖੋ ਵੀ ਇਹ ਮੇਰੀ ਭੇਟਾ ਹੈਗੀ ਆ ਮੈਂ ਇੱਕ ਗਰੀਬਣੀ ਹੈਗੀ ਆ ਲੇਕਿਨ ਮੈਂ ਇਹ ਜਿਹੜੀ ਭੇਟਾ ਤੁਹਾਨੂੰ ਜ਼ਰੂਰ ਦੇਣੀ ਆ ਕਹਿੰਦੇ ਮੈਨੂੰ ਕਿਹਾ ਕਿ ਅਸੀਂ ਤਾਂ ਤੈਨੂੰ ਭੇਟਾ ਵਾਸਤੇ ਕੋਈ ਗੱਲ ਨਹੀਂ ਸੀ ਕੀਤੀ ਤੂੰ ਇਹ ਭੇਟਾ ਜਿਹੜੀ ਕਿਸ ਬਾਰੇ ਦਿੰਦੀ ਆ ਫਿਰ ਉਸ ਬੀਬੀ ਨੇ ਦੱਸਿਆ ਸੀ ਕਿ ਮਾਹ ਪੁਰਖੋ ਤੁਸੀਂ ਕਰੀ ਦਵਾਨ ਚ ਕਿਹਾ ਸਗਾ ਕਿ ਜਿੰਨੀ ਇੱਥੇ ਸੰਗਤ ਬੈਠੀ ਹੈ ਇਹਨਾਂੋਂ ਜ਼ਿਆਦਾ ਦੁਗਣੇ ਦੇਵ ਵੀ ਦੇਵਤੇ ਹੁੰਦੇ ਆ। ਸੋ ਮੈਨੂੰ ਦਮਾ ਸੀਗਾ ਜਦ ਜਿਹੜੀ ਦਮੇ ਦੀ ਬਿਮਾਰੀ ਸੀਤੋਂ ਮੈਂ ਬੜੀ ਪਰੇਸ਼ਾਨ ਰਹਿੰਦੀ ਸੀ। ਸੋ ਮੈਂ ਆਪਣੇ ਮਨ ਦੇ ਸੰਕਲਪ ਦੇ ਵਿੱਚ ਬੇਨਤੀ ਕੀਤੀ ਕਿ ਅਗਰ ਸੱਚਮੁੱਚ ਹੀ ਦੇਵੀ ਦੇਵਤਿਆਂ ਦਾ ਵਾਸਾ ਹੈ ਤਾਂ ਸੋ ਮੇਰਾ ਜਿਹੜਾ ਦਮਾ ਹੋਇਆ ਹਨ ਇਹਨੂੰ ਰਾਹਤ ਮਿਲ ਜਵੇ ਇਹਤੋਂ ਮੈਨੂੰ ਛਟਕਾਰਾ ਮਿਲ ਜੇ। ਕਹਿੰਦੀ ਅੱਜ 2 ਮਹੀਨੇ ਹੋ ਗਏ ਆ। ਮੈਨੂੰ ਅੱਜ ਤੱਕ ਦਮੇ ਦੀ ਕੋਈ ਸ਼ਿਕਾਇਤ ਨਹੀਂ ਆਈ। ਇਸ ਕਰਕੇ ਮੈਂ ਗਰੀਬੀ ਦੇ ਦਾਪ ਦੇ ਵਿੱਚ ਇੱਕ ਏਸੀ ਬਣਾਈ ਆ ਤੇ ਇਹ ਉੱਤੇ 50 ਰੁਪਏ ਜਿਹੜੇ ਹੈ ਇਹ ਭੇਟਾ ਵੱਲੋਂ ਰੱਖਿਆ ਆ ਬਨੂੰ ਭੇਟਾ ਦੇਣੀ ਮੈਂ ਚਾਹੁੰਦੀ ਆ ਜਦ ਇਹ ਗੱਲ ਹੋਈ ਤਾਂ ਮਹਾਂਪੁਰ ਖੰਦੇ ਫੇ ਅਸੀਂ ਚੁੱਪ ਕਰ ਗਏ ਪਰ ਇਹ ਗੱਲ ਜਿਹੜੀ ਹੈ ਨਾ ਪੱਕੀ ਆ ਕਿ ਜਿੱਥੇ ਵੀ ਮਹਾਂਪੁਰ ਖਾਂ ਦਾ ਵਾਸਾ ਖਾਸ ਕਰਕੇ ਸਾਧ ਸੰਗਤ ਅਸਥਾਨ ਜਿੱਥੇ ਹੁੰਦੇ ਆ ਉੱਥੇ ਜਿੱਥੇ ਸ਼ਹੀਦ ਸਿੰਘ ਜਿਹੜੀਆਂ ਹੋਰ ਵੀ ਅਗੰਮੀ ਰੂਹਾਂ ਉਸ ਅਸਥਾਨ ਦੀ ਹਾਜ਼ਰੀ ਭਰਦੀਆਂ ਹੈ ਜਿਵੇਂ ਸੰਸਮ ਮਸਕੀਨ ਹੁਣਾ ਨੇ ਵੀ ਇਸ ਦੇ ਉੱਤੇ ਬੜੇ ਖਲਾਸੇ ਕੀਤੇ ਆ ਸੋ ਕਹਿਣ ਤੋਂ ਪਾਵੇ ਇਹ ਹੈ ਕਿ ਉਹਨਾਂ ਅਸਥਾਨਾਂ ਦੇ ਉੱਤੇ ਬੜੇ ਭੈ ਤੇ ਅਦਬ ਦੇ ਨਾਲ ਸਾਨੂੰ ਜਿਹੜੇ ਹੈਗੇ ਉਹ ਪੂਨਮਾ ਪੁਰਖ ਜਿਹੜੀਆਂ ਰੱਬ ਦੇ ਨਾਲ ਭਿੱਜੀਆਂ ਰੂਹਾਂ ਹੁੰਦੀਆਂ ਉਹਨਾਂ ਦੇ ਬਚਨ ਸਰਵਣ ਕਰਨ ਦੇ ਨਾਲ ਆਪਣਾ ਜਿਹੜਾ ਜੀਵਨ ਹੈ ਜਾਂ ਜੋ ਜੀਵਨ ਦੇ ਪੁੰਨ ਵਹਨਾ ਜਾਂ ਸਾਡਾ ਜੋ ਜੀਵਨ ਦਾ ਤਪ ਹੈਗਾ ਇਹਨੂੰ ਵਧਾਉਣ ਦਾ ਜਿਹੜਾ ਹੈ ਇੱਕੋ ਇੱਕ ਹੈ ਸਾਧ ਸੰਗਤ ਅਸਥਾਨਾਂ ਦੀ ਹਾਜ਼ਰੀ ਪਰਨੇ ਜਿਸ ਅਸਥਾਨ ਦੇ ਵਿੱਚ ਜਿਹੜੇ ਹੈ ਤਿੰਨਾਂ ਲੋਕਾਂ ਦੀਆਂ ਅਗੰਮੀ ਰੂਹਾਂ ਗੁਰਨਾਨਕ ਸਾਹਿਬ ਮਹਾਰਾਜ ਦੇ ਅਸਥਾਨ ਦੀ ਹਾਜ਼ਰੀ ਫਰਦੀਆਂ ਇਸੇ ਕਰਕੇ ਭਾਈ ਗੁਰਦਾਸ ਜੀ ਨੇ ਆਖਿਆ ਕਿ ਜਿੱਥੇ ਬਾਬਾ ਪੈਰ ਧਰੇ ਪੂਜਾ ਅਸਣ ਥਾਪਣ ਸੋਵਾ ਕਿ ਜਿੱਥੇ ਵੀ ਗੁਰਨਾਨਕ ਸਾਹਿਬ ਮਹਾਰਾਜ ਦੇ ਪੈਰ ਪੈਂਦੇ ਆ ਭਾਵ ਧੰਗ ਗੁਰਗ੍ਰੰਥ ਸਾਹਿਬ ਮਹਾਰਾਜ ਦੀ ਹਾਜ਼ਰੀ ਹੁੰਦੀ ਆ ਤੇ ਆਤਮਕ ਰੰਗ ਦੇ ਨਾਲ ਰੰਗੀਆਂ ਰੂਹਾਂ ਦਾ ਉੱਥੇ ਪ੍ਰਵੇਸ਼ ਹੁੰਦਾ ਹੈ कीर्तन वचन बिलास ਜਿਹੜੇ ਹੈ ਉਹ ਸਰਮਣ ਕਰਨ ਦੀ ਇੱਕ ਬਹੁਤ ਹੀ ਵਾਹੀ ਗੁਰਦੀ ਵਕਸ਼ਿਸ਼ ਭਰੀ ਮਿਹਰ ਹੈਗੀ ਉਸ ਅਸਥਾਨ ਤੇ ਵਰਤਦੀ ਹੈ ਤੇ ਇਹੋ ਜੀ ਮਿਹਰ ਨੂੰ ਪ੍ਰਾਪਤ ਕਰਨ ਵਾਸਤੇ ਜਾਂ ਇਸ ਮਿਹਰ ਦਾ ਲਾਹਾ ਲੈਣ ਵਾਸਤੇ ਜਿਹੜੀਆਂ ਜਿੱਥੇ ਇਹ ਸੰਗਤਾਂ ਜਾਂ ਗੁਰਸਿੱਖ ਪ੍ਰੇਮੀ ਉਹ ਪਹੁੰਚਦੇ ਆ ਉਥੋਂ ਦੇਵ ਲੋਕ ਤੇ ਪਤਾਲ ਲੋਕ ਤੇ ਹੋਰ ਵੀ ਜਿਹੜੀਆਂ ਗੁਪਤ ਰੂਹਾਂ ਹੈਗੀਆਂ ਉਹ ਆਪਣੇ ਭਲੇ ਦੇ ਵਾਸਤੇ ਇਹਨਾਂ ਅਸਥਾਨਾਂ ਦੀ ਹਾਜ਼ਰੀ ਭਰਦੀਆਂ ਹਨ ਸੋ ਐਨੇ ਵਜਨ ਕਰਦਾ ਹੋਇਆ 10 ਖੇਮਾਂ ਦਾ ਜਾਚਕ ਹੈ ਜੀ ਹੋਈਆਂ ਪੁੱਲਾਂ ਚੁੱਕਾਂ ਦੀ ਖੇਮਾਂ ਬਖਸ਼ਣੀ ਸੋ ਫਤੇ ਬਲਾਵ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ